ਪਾਰਲੀਮੈਂਟ ਨੇ ਮਨਜ਼ੂਰ ਕੀਤੀ ਹੈ, ਬਹਿਸ ਵਾਸਤੇ ਲੱਗਣੀ ਸੀ, ਨਹੀਂ ਲੱਗੀ ਕਿਉਂਕਿ ਮੈਂ ਦੂਜੀ ਟਰਮ ਨਹੀਂ ਗਿਆ ਹੈਗਾ। ਮੈਂ ਉਸ ਮੁੱਦੇ ਨੂੰ ਫੇਰ ਚੱਕਾਂਗਾ ਕਿਉਂਕਿ ਪੰਜਾਬ ਵਿੱਚ ਐਡੀ ਸਖ਼ਤ ਮਤਲਬ ਹਿੰਦੁਸਤਾਨ ਚ ਕਾਨੂੰਨ ਹੈਗਾ, ਦੁਨੀਆਂ ਚ ਕਿਤੇ ਇੰਨਾ ਸਖ਼ਤ ਕਾਨੂੰਨ ਨਹੀਂ ਹੈਗਾ। ਤੇ ਮੈਂ ਉਹਦੀ ਅਮੈਂਡਮੈਂਟ ਪੇਸ਼ ਕੀਤੀ ਹੈ, ਜਿਹੜੇ ਘਾਤਕ ਨਸ਼ੇ ਇੱਕ ਪਾਸੇ, ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਫੇਮ, ਭੁੱਕੀ ਤੇ ਭੰਗ, ਇਹ ਇੱਕ ਪਾਸੇ, ਦੋਹਾਂ 'ਚ ਫਰਕ ਪਾਇਆ ਜਾਵੇ। ਘਾਤਕ ਨਸ਼ੇ ਵੱਲ ਨਜ਼ਰੀਆ ਹੋਰ ਹੋਵੇ, ਜਿਹੜੇ ਰਵਾਇਤੀ ਨਸ਼ੇ ਹੈ ਸਦੀਆਂ ਤੋਂ ਪੰਜਾਬ ਖਾਂਦਾ ਆ ਰਿਹਾ, ਹੁਣ ਫੇਮ ਭੁੱਕੀ ਹੈ, ਸਾਡੇ ਕਲਚਰ ਦਾ ਪਾਰਟ ਹੈਗਾ। ਅਮਲੀਆਂ ਦੇ ਚੁਟਕਲੇ, ਅਮਲੀਆਂ ਦੇ ਸਿੱਠਣੀਆਂ, ਅਮਲੀਆਂ ਦੇ ਗਾਣੇ, ਅਮਲੀਆਂ ਦੇ ਟਿੱਚਰਾਂ ਸਾਰੇ ਪੰਜਾਬ 'ਚ ਘਰ ਘਰ ਦੀ ਸੁਣ ਲਓ ਹੈਗਾ। ਸੋ ਸਾਡੇ ਸੱਭਿਆਚਾਰ ਦਾ ਪਾਰਟ ਰਹੀ ਹੈ ਫੇਮ ਭੁੱਕੀ। ਹੋਰ ਦੱਸੋ, ਜਦੋਂ ਵਾਢੀ ਹੁੰਦੀ ਸੀ ਆਪ 'ਚ ਪਾਉਂਦੇ ਸੀਗੇ, ਸਭ ਨੂੰ ਪੂਰਾ ਪੂਰਾ ਦਿੰਦੇ ਸੀ, ਬੁੜੀਆਂ ਹੁਣ ਵੀ ਮੂੰਹ 'ਤੇ ਚਟਾ ਦਿੰਦੀਆਂ। ਸੋ ਘਾਤ, ਕੋਈ ਪੰਜਾਬ ਜਦ ਤੱਕ ਫੇਮ ਭੁੱਕੀ ਲੋਕੀ ਖਾਂਦੇ ਸੀ ਮਾੜੀ ਮਾੜੀ ਮਾਤਰਾ 'ਚ, ਕੋਈ ਬੰਦਾ ਮਰਿਆ ਨਹੀਂ ਸੀ, ਕਦੀ ਪੰਜਾਬ ਬਦਨਾਮ ਨਹੀਂ ਸੀ ਨਸ਼ਾ ਕਰਕੇ ਹੋਇਆ, ਕੋਈ ਮੌਤ ਦਾ ਖੂਹ ਨਹੀਂ ਸੀ ਬਣਿਆ, ਨਸ਼ੇ ਬੜੇ ਕਦੋਂ ਨੇ, ਜਦੋਂ NDPA ਸੈਕਟ ਕਰਕੇ ਫੇਮ ਭੁੱਕੀ ਵਰਤਣ ਵਾਲ ਨੂੰ ਕਹਿਤਾ ਅਪਰਾਧੀ ਹੈਗੇ ਆ, ਜੇਲ੍ਹਾਂ ਸੁੱਟ ਦਿੱਤੇ ਹੈਗੇ। ਉਹ ਅਪਰਾਧੀ ਨਹੀਂ ਹੈਗੇ ਆ, ਬਿਮਾਰ ਆ, ਉਹ ਨਸ਼ਾ ਗ੍ਰਸਤ ਹੈਗੇ, ਉਹਨਾਂ ਨੂੰ ਮਦਦ ਦੀ ਲੋੜ ਹੈ ਨਾ ਕਿ ਜੇਲ੍ਹ ਦੀ ਲੋੜ ਹੈਗੀ ਹੈ। ਸੋ ਮੈਂ ਕਹਿ ਰਿਹਾ ਸੀਗਾ, ਤੇ ਉਹ ਜਿਹੜਾ ਮਾਮਲਾ ਹੈ ਨਾ, ਇਹਦਾ ਕੰਟੈਕਸ ਬਹੁਤ ਵੱਡਾ ਹੈਗਾ। ਮੈਂ 6 ਮਹੀਨੇ ਰਿਸਰਚ ਕੀਤੀ ਹੈ ਕਿ ਇਹਦੇ ਕਾਰਨ ਕੀ ਨੇ, ਤੇ ਉਹ ਮੈਂ ਤੁਹਾਨੂੰ ਸਾਰੇ ਤੁਹਾਨੂੰ ਸਾਂਝਾ ਕਰ ਲੂੰਗਾ। ਦੁਨੀਆਂ ਭਰ ਦੇ 42 ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ। ਉਹ ਭੰਗ ਜਿਹੜੀ ਅਮਰੀਕਾ ਸਪਰੇਅ ਕਰਦਾ ਸੀ ਹਰ ਸਾਲ, ਔਰ ਜਿਹਦਾ ਬਹੁਤ ਵੱਡਾ ਮਾਫੀਆ ਸੀਗਾ, ਲੱਖਾਂ ਕਾਲੇ ਜੇਲ੍ਹਾਂ ਸੀਗੇ, ਅਮਰੀਕਾ ਨੇ ਕਾਨੂੰਨ ਬਦਲ ਕੇ ਕਰ ਦਿੱਤਾ, ਹਰ ਬੰਦਾ ਜਿਹੜਾ ਭੰਗ ਵਰਦਾ ਉਹਨੂੰ 1 ਗ੍ਰਾਮ ਭੰਗ ਲਿਜਾਣ ਦੀ ਇਜਾਜ਼ਤ ਹੈਗੀ ਹੈ। ਔਰ 42 ਸੂਬਿਆਂ ਨੇ ਕਹਿ ਦਿੱਤਾ ਕਿ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹਨੂੰ ਆਪਣੇ ਘਰ ਦੇ ਪਿਛਵਾੜੇ ਵਿੱਚ 5 ਤੋਂ ਲੈ ਕੇ 35 ਬੂਟੇ ਲਾਉਣ ਦੀ ਇਜਾਜ਼ਤ ਹੈ। ਪੰਜਾਬ 'ਚ ਕਿੰਨੇ ਬੂਟੇ? ਮੇਰੀ ਸਲਾਹ ਹੈਗੀ ਹੈ ਕਿ ਇਹ ਕਾਨੂੰਨ ਨੂੰ ਬਦਲਣਾ ਕਿਉਂਕਿ ਜਦੋਂ ਖਾੜਕੂਵਾਦ ਦਾ ਦੌਰ ਸੀਗਾ, ਉਦੋਂ ਪੰਜਾਬ ਪੁਲਿਸ ਕੋਲ ਇੱਕ ਹਥਿਆਰ ਸੀਗਾ ਕਿ ਮੁੰਡਾ ਚੁੱਕ ਲਿਆ ਤੇ ਉਹਨੂੰ ਫੜ ਕੇ ਲੈ ਗਏ ਘਰ ਦਾ ਸੁਨੇਹਾ, ਜਾਂ 5 ਲੱਖ ਰੁਪਏ ਜਮ੍ਹਾਂ ਕਰਾਓ, ਲਿਆਓ 5 ਲੱਖ, ਤੇ ਜਾਂ ਫਿਰ ਤੂੰ ਤੁਹਾਡਾ ਕੱਲ ਨੂੰ ਲਾਸ਼ ਮਿਲੂਗੀ, ਮੁਕਾਬਲਾ ਬਣਾਵਾਂਗੇ। NDPS ਜਿਹੜਾ ਖਾੜਕੂਵਾਦ ਦੌਰ ਖਤਮ ਹੋਣ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਪੁਲਿਸ ਕੋਲ ਆਇਆ ਉਹ NDPS ਐਕਟ ਆਇਆ ਹੈਗਾ। ਮੁੰਡਾ ਚੁੱਕ ਲਿਆ, ਫੇਮ ਭੁੱਕੀ ਪੁਲਿਸ ਕੋਲ ਬਹੁਤ ਪਈ ਹੁੰਦੀ ਹੈ, ਬੋਰੀਆਂ ਫੜੀਆਂ ਹੁੰਦੀਆਂ, ਕਹਿਣਗੇ ਜਾਂ ਤਾਂ 50,000 ਰੁਪਏ ਦੇ ਜਾਓ ਜਾਂ ਫਿਰ ਮੁੰਡੇ ਨੂੰ ਛਡਾ ਲਿਓ ਲੈ ਕੇ, ਨਹੀਂ ਤਾਂ ਮੈਂ ਕੱਲ ਨੂੰ ਕੇਸ ਪਾਵਾਂਗੇ। ਇਹ ਸਭ ਤੋਂ ਵੱਡਾ ਹਥਿਆਰ ਆਇਆ ਹੈਗਾ। ਇਸ ਹਥਿਆਰ ਨੂੰ ਤੋੜਨਾ ਜੇ ਹੈਗਾ ਤਾਂ ਫੇਮ ਭੁੱਕੀ ਤੇ ਜਿਹੜੀ ਪਹੁੰਚ ਹੈ ਬਦਲਣੀ ਤਾਂ ਨਹੀਂ, ਜਿਵੇਂ ਕੈਨੇਡਾ ਨੇ ਬਦਲੀ ਹੈ, ਜਿਵੇਂ ਬੈਲਜੀਅਮ ਨੇ ਬਦਲੀ ਹੈ, ਜਿਵੇਂ ਯੂਰਪ ਨੇ ਬਦਲੀ ਹੈ, ਜਿਵੇਂ ਅਮਰੀਕਾ ਨੇ ਬਦਲੀ ਹੈ, ਹਿੰਦੁਸਤਾਨ ਵੀ ਦੇਰ ਸਵੇਰ ਜਿਹੜੀ ਇਹ ਸਖਤੀ ਵਾਲੀ ਅਪਰੋਚ ਹੈ, ਡੰਡੇ ਵਾਲੀ ਅਪਰੋਚ ਹੈ, ਖੁੰਡੀ ਵਾਲੀ ਅਪਰੋਚ ਹੈ, ਇਹ ਬਦਲ ਕੇ ਇਹਨਾਂ ਕਾਨੂੰਨਾਂ ਦੀ ਤਰਮੀਮ ਕਰਕੇ ਨਾ ਜੀ, ਸਰਕਾਰਾਂ ਕੋਟੇ ਦਿੱਤੇ ਹੋਏ ਹੈ, ਬਣਾਏ ਹੋਏ ਹੈ, ਡਾਂਟਾ ਪੈਂਦੀਆਂ ਕਿ ਤੁਹਾਡੇ ਥਾਣੇ ਦੇ ਸਭ ਤੋਂ ਘੱਟ ਪਰਚੇ ਘੱਟ ਹੋਏ ਹੈ। ਡਰੱਗ ਮਾਫੀਆ ਭਾਰੂ ਹੈ ਕਿਉਂਕਿ ਓਪੀਅਮ ਦਾ ਮਿਲਣਾ ਇੰਨਾ ਮੁਸ਼ਕਿਲ ਹੈ, ਦੂਜੇ ਪਾਸੇ ਬੁੱਫੀ ਨੇ ਜਿਹੜੀ ਤੁਹਾਨੂੰ ਪਤਾ ਹੀ ਹੈ ਉਸ ਬਾਰੇ, ਉਹ ਆਸਾਨੀ ਨਾਲ ਮਿਲਦੀ ਹੈ। ਨਹੀਂ ਦੇਖੋ, ਬੁੱਫੀ ਜਿਹੜੀ ਜਿਹੜੀ ਓਪੀਅਮ ਹੈ ਧਰਤੀ ਦੇ ਢਿੱਡ ਚੋਂ ਪੈਦਾ ਹੁੰਦੀ, ਧਰਤੀ ਮਾਂ ਦੇ ਢਿੱਡ ਵਿੱਚੋਂ, ਉਹ ਪਿਓਰ ਨਸ਼ਾ ਹੈਗਾ, ਤਾਂ ਪੰਜਾਬ 1000 ਸਾਲ ਤੋਂ ਵਰਦਾ ਰਿਹਾ ਨਿਸ਼ਚਿਤ ਮਾਤਰਾ ਚ। ਬਾਕੀ ਨਸ਼ੇ ਸਾਰੇ ਮਾੜੇ ਹੁੰਦੇ, ਮੈਂ ਨੀ ਕਹਿੰਦਾ ਬਹੁਤ ਚੰਗੀ ਚੀਜ਼ ਹੈ, ਪਰ ਜਿੱਥੇ ਪੰਜਾਬ ਉਹਦੀ ਬੈਨ ਕਰਕੇ ਜਿਹੜੇ ਦੂਜੇ ਨਸ਼ੇ ਆ ਗਏ, ਪਹਿਲਾਂ ਮੈਡੀਕਲ ਆਏ, ਫਿਰ ਸਿੰਥੈਟਿਕ ਆਏ, ਹੁਣ ਕੈਮੀਕਲ ਆ ਗਏ, ਫੈਂਟਾਨਿਲ ਵਰਗੇ ਜਿਹੜੇ ਹਾਥੀਆਂ ਲੱਗਦੇ ਹੈਗੇ, ਅੱਧਾ ਟੀਕਾ ਅੰਦਰ ਅੱਧਾ ਬਾਹਰ, ਬੰਦਾ ਉੱਥੇ ਹੀ ਮਰ ਜਾਂਦਾ ਹੈਗਾ। ਤੇ ਉਹ ਨਸ਼ੇ ਆ ਗਏ, ਪਹਿਲਾਂ ਮੈਡੀਕਲ, ਫਿਰ ਸਿੰਥੈਟਿਕ, ਹੁਣ ਕੈਮੀਕਲ ਨਸ਼ੇ, ਜੇ ਉਹਨਾਂ ਨੂੰ ਠੱਲ ਪਾਣੀ ਹੈਗੀ ਤਾਂ ਪੰਜਾਬ ਦੇਖੋ, ਜਿਹੜਾ ਨਸ਼ਾ ਹੈ ਨਾ, ਅੱਜ ਤੱਕ ਕਦੀ ਕੋਈ ਸਮਾਜ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਹੋਇਆ ਹੀ ਨਹੀਂ। ਕਦੀ ਦੇਵਤਿਆਂ ਦੀ ਸੁਰਾ ਸੀਗੀ, ਕਦੀ ਸ਼ਿਵ ਜੀ ਦੀ ਭੰਗ ਸੀਗੀ,
ਕੁਝ ਸ਼ਿਵਜੀ ਦੀ ਭੰਗ ਸੀਗੀ ਹਮੇਸ਼ਾ ਬੰਦੇ ਨਾਲ ਸਹਿਜ ਮਹਿਸੂਸ ਕਰਨ ਵਾਸਤੇ, ਮਨ ਪਰਚਾਵੇ ਵਾਸਤੇ, ਮਤਲਬ ਦਿਮਾਗ ਦੀ ਠੀਕ ਕਰਨ ਵਾਸਤੇ ਮਾੜਾ ਮੋਟਾ ਨਸ਼ਾ ਬੰਦਾ ਹਮੇਸ਼ਾ। ਰਾਜਪੁਰਾ ਬਠਿੰਡਾ ਲਾਈਨ ਡਬਲ ਹੋ ਗਈ, ਬਿਜਲੀਕਰਨ ਹੋ ਗਿਆ, ਨਵੀਆਂ ਗੱਡੀਆਂ ਚਲਾਣੀਆਂ ਇੱਥੇ ਬਹੁਤ ਸਾਰੀਆਂ, 6 ਗੱਡੀਆਂ ਚੱਲ ਗਈਆਂ ਔਰ ਆਉਣ ਵਾਲੇ 2 ਮਹੀਨੇ 3 ਗੱਡੀਆਂ ਹੋਰ ਚੱਲ ਰਹੀਆਂ। ਚੇਨਈ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ ਸਾਰੀ ਇੱਧਰੋਂ ਦਿੱਲੀ ਜਾਣਗੀਆਂ ਇੱਥੋਂ ਇਸ ਰੂਟ ਤੋਂ। ਇੱਕ ਮੈਂ ਕਰਾਇਆ ਸੀ ਰਾਜਪੁਰ ਤੋਂ ਲੈ ਕੇ ਮੋਹਾਲੀ ਤੱਕ, ਚੰਡੀਗੜ੍ਹ ਤੱਕ, ਸਨੇਟੇ ਪਿੰਡ ਤੱਕ, ਅੱਗੇ ਮਾਲ ਚੰਡੀ ਨੂੰ ਮਿਲਦਾ। ਇੱਕ ਰੇਲ ਨੇ ਇੱਕ ਮਨਜ਼ੂਰ ਕਰਾਇਆ ਸੀਗਾ, ਉਹ ਪਿੰਕ ਬੁੱਕ ਦਾ ਪਾਰਟ ਬਣ ਚੁੱਕਿਆ ਰੇਲਵੇ ਜੀ ਦਾ, ਉਹ ਪ੍ਰੋਜੈਕਟ ਵੀ ਜਿਉਂਦਾ ਹੈਗਾ। ਮੈਂ ਪੰਜਾਬ ਸਰਕਾਰ ਨੇ 42 ਏਕੜ ਜ਼ਮੀਨ ਅਕੁਆਇਰ ਕਰਕੇ ਦੇਣੀ ਸੀ 78 ਕਰੋੜ ਰੁਪਏ ਦੀ ਕੇਂਦਰ ਸਰਕਾਰ ਨੂੰ, ਰੇਲਵੇ ਡਿਪਾਰਟਮੈਂਟ ਨੂੰ। ਇਹਨਾਂ ਨਾ ਬਾਦਲ ਸਾਹਿਬ ਨੇ ਦਿੱਤੀ ਹੈ, ਨਾ ਕੈਪਟਨ ਸਾਹਿਬ ਨੇ ਦਿੱਤੀ ਹੈ, ਤੇ ਨਾ ਮੌਜੂਦਾ ਸਰਕਾਰ ਦੇ ਰਹੀ ਹੈ, ਕਿਉਂਕਿ ਇਸ ਰੂਟ ਤੇ ਇੱਕ ਟਰਾਂਸਪੋਰਟ ਲੋਬੀ ਹੈਗੀ ਜਿਹਦਾ ਇੰਟਰਸਟ ਹੈਗਾ ਕਿ ਬਠਿੰਡੇ ਨਾਲ ਜਿਹੜਾ ਡਾਇਰੈਕਟ ਲਿੰਕ ਹੈ ਚੰਡੀਗੜ੍ਹ ਦਾ ਉਹ ਨਾ ਹੋ ਸਕੇ। ਉਹ ਲੋਬੀ ਹਮੇਸ਼ਾ ਸਰਕਾਰ ਮੇ ਰਹੀ ਹੈ, ਪਰ ਮੈਂ ਸਾਰੀਆਂ ਜੇ ਸਾਡੀ ਸਰਕਾਰ ਬਣਦੀ NDA ਮਤਲਬ ਇੰਡੀਆ ਅਲਾਇੰਸ ਦੀ, ਫਿਰ ਤਾਂ ਬਹੁਤ ਕੰਮ ਆਸਾਨ ਹੋਊਗਾ। ਜੇ ਸਰਕਾਰ ਸਾਡੀ ਨਹੀਂ ਬਣਦੀ ਹੈ ਤਾਂ ਕੰਮ ਮੁਸ਼ਕਲ ਜ਼ਰੂਰ ਹੋਊਗਾ, ਪਰ ਬੜੀ ਪੂਰੀਆਂ ਕੋਸ਼ਿਸ਼ਾਂ ਕਰਕੇ ਰੇਲ ਲਿੰਕ ਹੈਗਾ ਛੋਟਾ ਜਿਹਾ ਰਾਜਪੁਰਾ ਟੂ ਚੰਡੀਗੜ੍ਹ, ਇਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੂੰਗਾ, ਮੇਰਾ ਪਹਿਲਾ ਮੁੱਦਾ ਹੋਊਗਾ। ਧਰਮਵੀਰ ਗਾਂਧੀ ਜੀ ਦੀ ਕੰਪੇਨ ਦਾ ਜਿੱਥੇ ਤੱਕ ਸਵਾਲ ਹੈ, ਕਿਤੇ ਕੋਈ ਹੁਣ ਅੜਚਨ ਰਹੀ ਨਹੀਂ? ਜੇ ਕੋਈ ਅੜਚਨ ਰਹੇਗੀ ਉਹ ਅਸੀਂ ਆਪੇ ਰਲ ਮਿਲ ਕੇ ਦੂਰ ਕਰ ਲਾਂਗੇ। ਜਿਵੇਂ ਡਾਕਟਰ ਸਾਹਿਬ ਨੇ ਆਖਿਆ ਹੈ ਵੀ ਜਿਹੜੀਆਂ ਇਹੋ ਜਿਹੀਆਂ ਜਥੇਬੰਦੀਆਂ ਹੁੰਦੀਆਂ ਕਾਂਗਰਸ ਵਰਗੀਆਂ, ਜਿੱਥੇ ਵਿਚਾਰਾਂ ਦੀ ਵਿਭਿੰਨਤਾ ਉਹਨਾਂ ਦੀ ਤਾਕਤ ਹੁੰਦੀ ਹੈ, ਉਹ ਜਥੇਬੰਦੀਆਂ ਜਿਉਂਦੀਆਂ ਹੀ ਰਹਿੰਦੀਆਂ। ਜਿੱਥੇ ਵਿਚਾਰ ਰੱਖਣ ਦੀ ਨਾ ਇਜਾਜ਼ਤ ਹੋਵੇ ਉਹ ਤਾਂ ਫਿਰ ਮੁਰਦਾ ਹੈਗੀਆਂ ਹੀ ਹੈਗੀਆਂ। ਸਾਡੇ ਇੱਥੇ ਅਸੀਂ ਵਿਚਾਰਾਂ ਦੀ ਇੱਕ ਦੂਸਰੇ ਦੀ ਇੱਜ਼ਤ ਵੀ ਕਰਦੇ ਹਾਂ, ਜਦੋਂ ਵਿਚਾਰਾਂ ਦੀ ਵਿਭਿੰਨਤਾ ਹੁੰਦੀ ਹੈ ਆਪਸ ਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਿਆਈ ਉਹਦੇ ਚੋਂ ਨਿਕਲਦੀ। ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵਿਭਿੰਨਤਾ ਹੈ, ਕੁਛ ਈਗੋਜ਼ ਹੁੰਦੀਆਂ, ਉਹ ਸਾਰੀਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ, ਵੱਡੇ ਕੌਜ਼ ਲਈ ਅੱਜ ਜਿਹੜਾ ਇਹ ਜੰਗ ਆ, ਜਿਹਨੂੰ ਤੁਸੀਂ ਯੁੱਧ ਕਹਿ ਲਓ ਜਾਂ ਇਲੈਕਸ਼ਨ ਕਹਿ ਲਓ, ਉਹ ਲੜਨ ਜਾ ਰਿਹਾ। ਉਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਬਕਾਇਦਾ ਤੌਰ ਤੇ ਬਰਾਬਰ ਰਹੇਗੀ ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇਗੀ। ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਆਪਸ ਚ ਸਾਹਮਣੇ ਤੇ ਤੁਹਾਡੇ ਕਰ ਲੈਂਦੇ ਨੇ, ਘੱਟ ਕਰ ਲੈਂਦੇ ਨੇ, ਇਕੱਠੇ ਹੋ ਜਾਂਦੇ ਨੇ, ਪਰ ਦਿਲਾਂ ਵਿੱਚ ਉਵੇਂ ਮੁਟਾਵ ਰਹਿੰਦਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਤੇ ਨਹੀਂ ਕਰਦੇ ਹੈਗੇ। ਦਰਾਣੀ ਜੇਠਾਣੀ ਚ ਨਹੀਂ ਹੁੰਦੀ, ਇਕੱਠੀਆਂ ਰਹਿੰਦੀਆਂ ਨਾ, ਕੋਈ ਗੱਲ ਨਹੀਂ, ਇੱਥੇ ਵੀ ਇਕੱਠੇ ਰਹਿਣਗੇ, ਪਰਿਵਾਰ ਸਾਡੇ ਇਕੱਠੇ ਹੈ। ਇਹ ਜਿਹੜੇ ਮਾੜੇ ਮੋਟੇ ਦੋ ਸਾਧੂਆਂ ਦਾ ਆਪਸ ਚ ਬੜਾ ਪਿਆਰ ਹੈ, ਜੱਫੀਆਂ ਵੀ ਪਾਉਂਦੇ ਹੈ, ਪਰ ਵਨ ਅਪਮੈਨਸ਼ਿਪ ਉਹਨਾਂ ਚ ਵੀ ਰਹਿੰਦੀ ਹੈ, ਕੋਈ ਗੱਲ ਨਹੀਂ। ਅੱਗੇ ਵਧਣ ਦੀ ਜਿਹੜੀ ਇੱਛਾ ਆ ਨਾ, ਉਹ ਕੰਮ ਜ਼ਿਆਦਾ ਕਰਵਾਉਂਦੀ ਹੈ। ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ, ਜਾਂ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਧੜਾ ਹੈਗਾ, ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਲਈ ਕੰਮ ਕਰ। ਅੱਜ ਮੇਰਾ ਖਿਆਲ CEC ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ, ਜਦੋਂ ਲੁਧਿਆਣਾ ਦੀ ਟਿਕਟ ਅਨਾਊਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਆ, ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ, ਉੱਥੇ ਲੜਾਈ ਨਜ਼ਰ ਨਹੀਂ ਆਏਗੀ। ਵਨ ਸਾਈਡਡ ਲੜਾਈ ਜਿਵੇਂ ਹੁਣ, ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿਸ ਤਰੀਕੇ ਕਾਂਗਰਸ ਔਰ ਡਾਕਟਰ ਧਰਮਵੀਰ ਗਾਂਧੀ ਇਸ ਲੜਾਈ ਨੂੰ ਫਤਿਹ ਕਰਦੇ ਆ, ਇੱਦਾਂ ਦਾ ਹੀ ਤੁਹਾਡਾ ਨਾਮ ਚੱਲ ਰਿਹਾ। ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ, ਨਾ ਮੈਨੂੰ ਕਿਸੇ ਨੇ ਦੱਸਿਆ। ਜੋ ਹਾਈਕਮਾਂਡ ਜਿਹਦੀ ਡਿਊਟੀ ਲਗਾਏਗੀ ਅਸੀਂ ਸਾਰੇ ਉਹਦੇ। ਅੱਛਾ, ਰਣਜੀਤ ਬਿੱਟੂ ਦਾ ਬਿਆਨ ਆਇਆ ਕਿ ਜੇ ਕਾਂਗਰਸ ਨੂੰ ਉਮੀਦਵਾਰੀ ਮਿਲ ਲੈ ਤਾਂ ਅਸੀਂ ਦੇ ਦੇਣੇ ਆ ਉਹਨਾਂ ਨੂੰ, ਕੀ ਕਹਿਣਾ ਚਾਹੋਗੇ? ਸਾਡੇ ਉਮੀਦਵਾਰ ਤਾਂ ਭੱਜ ਭੱਜ ਕੇ ਉੱਧਰ ਜਾ ਰਹੇ ਆ, ਤੇ ਰਵਨੀਤ ਜੀ ਨੂੰ ਕਾਹਦੀ ਚਿੰਤਾ? ਕਾਂਗਰਸ ਕਾਂਗਰਸ ਸੰਭਲੀ ਹੋਈ ਹੈ ਯਾਰ, ਹੈ ਯਾਰੀ, ਆਪਾਂ ਕਿਹੜਾ ਕਹਿੰਦੇ ਆ ਮੁਕਰਦੇ ਨਹੀਂ ਆ, ਪਰ ਹੁਣ ਜੇ ਯਾਰ ਹੀ ਭੱਜ ਜਾਏ ਤੁਹਾਨੂੰ ਟਿਕਟ ਦਿੱਤੀ ਜਾਵੇਗੀ, ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ। ਸਾਡੀ ਕਿਹੜੀ ਤਲਵਾਰਾਂ ਵਾਲੀ ਲੜਾਈ ਆ, ਉਹਨੇ ਆਈਡੀਓਲੋਜੀ ਇਹੋ ਜੀ ਚੁਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡੀਓਲੋਜੀ ਜੋ ਬਿਲਕੁਲ ਹੀ ਵੱਖਰੀ ਸੀਗੀ, ਇਹ ਹੁਣ ਉਹ ਦੇਖੇ ਭਾਈ।
ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ, ਪਿੰਡਾਂ 'ਚ ਵੜਨ ਦਿੱਤਾ ਜਾ ਰਿਹਾ, ਕਿਹਦੇ ਬਾਰੇ? ਆਮ ਆਦਮੀ ਪਾਰਟੀ ਦਾ ਜਿਵੇਂ ਜਿਵੇਂ ਜਿਹਨੇ ਜਿਹਨੇ ਜੋ ਜੋ ਆਪਣੇ ਰੰਗ ਦਿਖਾਏ ਹੈ ਉਹ ਸਾਹਮਣੇ ਆ ਰਹੇ ਹੈ। ਇਸ ਤਰੀਕੇ ਬੀਜੇਪੀ ਨੇ ਕਿਸਾਨਾਂ ਦਾ ਅੱਜ ਬਹੁਤ ਵੱਡੀ ਲੜਾਈ ਹੈ, ਜਿਹੜੀਆਂ ਸਾਡੀਆਂ 5 ਗਰੰਟੀਆਂ ਹੈ ਤੇ ਉਹਦੇ ਵਿੱਚ ਨਾਲ ਉਹਦੇ 'ਚ ਚਾਹੇ MSP ਹੋਵੇ ਤੇ ਚਾਹੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਹੋਵੇ, ਜਿਹੜੇ ਵੱਡੇ ਇਸ਼ੂਜ਼ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ 'ਚ ਆਏ ਹੋਏ ਨੇ। ਸਵਾਮੀਨਾਥਨ ਰਿਪੋਰਟ ਸੀਗੀ, ਉਹਦਾ ਵੀ ਜ਼ਿਕਰ ਆਉਂਦਾ ਹੈ, ਅਸੀਂ ਉਹਦੇ ਬਾਰੇ ਵੀ ਗੱਲ ਕਰੀ ਹੈ। ਉਹ ਸਵਾਮੀਨਾਥਨ ਕਮਿਸ਼ਨ ਵੀ ਕਾਂਗਰਸ ਨੇ ਹੀ ਬਣਾਇਆ ਸੀ, ਚਾਹੇ ਉਸ ਮੌਕੇ ਤੇ ਨਹੀਂ ਲਾਗੂ ਕਰ ਪਾਏ ਤੇ ਸਫ਼ਰ ਵੀ ਕਰ ਲਿਆ ਹੋਊਗਾ ਕਾਂਗਰਸ ਨੇ। ਅੱਜ ਕਾਂਗਰਸ ਇਹ ਮਹਿਸੂਸ ਕਰਦੀ ਹੈ ਵੀ ਉਹ ਰਿਪੋਰਟ ਦੇ ਮੁਤਾਬਕ ਅੱਗੇ ਇਸ ਮੁਲਕ ਨੂੰ ਜਾਣਾ ਚਾਹੀਦਾ, ਮੁਲਕ ਦੀ ਤਰੱਕੀ ਉਹਦੇ 'ਚ ਹੈ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੇ ਮੈਨੀਫੈਸਟੋ 'ਚ ਵੀ ਲਿਖਿਆ ਤੇ ਉਹ ਮੈਨੀਫੈਸਟੋ ਤੁਸੀਂ ਸਾਰੇ ਜਾਣਦੇ ਹੋ। ਕਾਂਗਰਸ ਪਾਰਟੀ ਹਮੇਸ਼ਾ ਪਿੱਛੇ ਜਦੋਂ UPA 1 ਔਰ UPA 2 ਹੁੰਦੇ ਸੀ, ਮਿਸਿਸ ਗਾਂਧੀ ਐਸ ਚੇਅਰਪਰਸਨ UPA ਉਹ ਮੀਟਿੰਗ ਲੈਂਦੇ ਹੁੰਦੇ ਸੀ ਵੀ ਮੈਨੀਫੈਸਟੋ ਕਿੰਨਾ ਲਾਗੂ ਹੋਇਆ। ਸਾਡਾ ਰਿਕਾਰਡ ਟਰੈਕ ਰਿਕਾਰਡ ਰਿਹਾ ਵੀ ਅਸੀਂ ਗਰੰਟੀ ਦੂਜਿਆਂ ਵਾਂਗੂ ਨਹੀਂ ਦਿੰਦੇ, 15 ਲੱਖ ਦਿਆਂਗੇ ਬਾਅਦ ਚੋਂ ਕਹਿ ਦੇਣਗੇ, ਜੁਮਲਾ ਸੀਗਾ। ਸਾਡੀ ਜਿਹੜੀ ਗਰੰਟੀ ਹੈ ਉਹ ਬਕਾਇਦਾ ਇੰਪਲੀਮੈਂਟ ਹੋਏਗੀ। ਧੰਨਵਾਦ।